जी बेनती है संगत वालों कि ग्राउंड दे विच आउण जी सरबजीत दत्तेवास पंजाबी बोलां दे बादशाह सरबजीत सिंह दत्तेवास ओह वी पहुंचण वीर जी लाउदले पासे कहंदे ताड़ी 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 ललकरा पट्टा जा मार दो जे स्वाद आ गया ਉਧਲੇ ਪਾਸੇ ਅੱਖਾਂ ਲੱਗਿਆ ਲਾਗੇ ਸਲੇਟੇ ਦੀ ਕਬੱਡੀ ਹੈ ਰੰਗ ਦੇਖੋ ਸਲੇਟੇ ਦਾ ਐਨ ਕਹਿੰਦੇ ਨਾਮ ਹੀ ਕਿਸੇ ਨੇ ਸੋਚ ਕੇ ਰੱਖਿਆ ਵੀ ਸਲੇਟਾ ਹੈ ਪਰ ਕਹਿੰਦੇ ਮੁੰਡੇ ਦੀ ਖੇਡ ਦੇਖੋ ਜਦ ਯਾਰਪ ਖੇਡ ਕੇ ਆਇਆ ਨਾ ਐਨ ਕਹਿੰਦੇ ਸਲੇਟੇ ਨੇ ਬੱਲੇ ਬੱਲੇ ਕਰਵਾਈ ਹੈ ਇਹ ਸਲੇਟਾ ਹੱਕ ਕਹਿੰਦੇ ਪਾਤੜਾਂ ਦੀ ਟੀਮ ਦੇ ਲਈ ਜੋੜ ਗਿਆ ਲਾਗਲੀ ਕਬੱਡੀ ਕਹਿੰਦੇ ਗੁਰਵਿੰਦਰ ਦੀ ਪੈਂਦੀ ਹੈ ਸਰਬਜੀਤ ਦਾਤੇਵਾਸ ਮੇਰਾ ਭਰਾ ਹੈ ਇੱਥੇ ਵੀ ਵਾਸ ਹੁੰਦਾ ਹੈ ਸਟੂਡੀਓ ਕੋਈ ਪਹੁੰਚਣ ਸਟੂਡੀਓ ਜੀ ਹੈਲੋ ਧੰਨਵਾਦ ਕਰਦੇ ਹਾਂ ਅਸੀਂ ਬੌਬੀ ਸਟੂਡੀਓ ਜੀ ਦਾ ਜਿਹੜੇ ਕੱਲ ਤੋਂ ਸੇਵਾਵਾਂ ਨਿਭਾ ਰਹੇ ਨੇ ਸਟੂਡੀਓ ਦੇ ਇਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਜੀ ਮੈਚ ਬਹੁਤ ਸਿਰੇ ਦਾ ਚੱਲ ਰਿਹਾ ਦੋਨੋਂ ਟੀਮਾਂ ਦੇ ਦਰਮਿਆਨ ਇੱਕ ਪਾਸੇ ਟੀਮ ਦੇਸੂ ਜੋਧਾ ਜ਼ਿਲ੍ਹਾ ਸਰਸਾ ਦੀ ਹੈ ਸਾਡੇ ਸਰਪੰਚ ਸਾਹਿਬ ਸਨਮਾਨਿਤ ਕਰ ਰਹੇ ਨੇ ਸੁਖਵੀਰ ਸਿੰਘ ਜੀ ਨੂੰ ਜਿਨ੍ਹਾਂ ਦਾ ਵੱਡਾ ਮਾਣ ਸਨਮਾਨ ਕਰਨਾ ਹੈ ਉਹਨਾਂ ਨੇ ਬੜਾ ਮਾਣ ਬਖਸ਼ਿਆ ਇਸ ਕਮੇਟੀ ਨੂੰ ਅਤੇ ਅਗਲੇ ਟੂਰਨਾਮੈਂਟ ਵਾਸਤੇ ਵੀ 6100 ਰੁਪਇਆ ਬੋਲਿਆ ਮੇਰੇ ਵੀਰ ਨੇ ਅਗਲੇ ਟੂਰਨਾਮੈਂਟ ਵਾਸਤੇ 6100 ਬੋਲਿਆ ਤਾੜੀ ਤਾਂ ਬਣਦੀ ਹੈ ਇੱਕ ਲਾਵੀ ਟੀਮ ਜਲਦੀ ਪੁੱਜੀਆਂ ਦਤਾਲ ਤੇ ਲੇਲ ਕਲਾਂ ਦਤਾਲ ਤੇ ਲੇਲ ਕਲਾਂ ਸਰਬੀ ਗੇਜੇ ਦੀ ਕਬੱਡੀ ਹੈ ਕਹਾਣੀ ਸਰੇ ਲਾ ਦੇ ਸਰਬੀ ਵੀ ਗੇਜਾ ਇਸ ਸਮੇਂ ਸਰਸੇ ਵਾਲਾ ਕਬੱਡੀ ਪਾ ਰਿਹਾ ਹੈ ਇੱਕ ਪਾਸੇ ਪਾਤੜਾਂ ਸ਼ਹਿਰ ਦੀ ਟੀਮ ਖੇਡ ਰਹੀ ਹੈ ਤੇ ਦੂਸਰੇ ਪਾਸੇ ਜ਼ਿਲ੍ਹਾ ਸਰਸਾ ਤੋਂ ਦੇਸੂ ਜੋਧਾ ਦੀ ਟੀਮ ਪੁੱਜੀ ਹੋਈ ਹੈ ਨੋਟ ਕਰਿਓ ਗੁਰਨਾਮ ਸਿੰਘ ਜੀ 1100 ਰੁਪਇਆ ਅਗਲੇ ਟੂਰਨਾਮੈਂਟ ਵਾਸਤੇ ਸੁੱਖਾ ਸਿੱਧੂ ਸੁਨੌਬ ਸਰਦਾਰ ਬੰਤ ਸਿੰਘ ਜੀ ਬੰਤੂ ਮਿਹਨਤ ਨਾਲ ਚੁੱਕਿਆ ਕਦਮ ਇਤਿਹਾਸ ਬਣਾ ਦਿੰਦਾ ਲੋਕਾਂ ਦਾ ਹੀ ਪਿਆਰ ਨੋਟ ਕਰੋ ਜੀ ਮੈਂਬਰ ਬੂਟਾ ਸਿੰਘ ਜੀ ਦਾ 2100 ਰੁਪਇਆ ਅਗਲੇ ਟੂਰਨਾਮੈਂਟ ਵਾਸਤੇ ਤਾੜੀ ਮਾਰ ਦਿਓ ਵੱਡੀ ਜੀ ਅਗਲੇ ਟੂਰਨਾਮੈਂਟਾਂ ਦਾ ਜਿਵੇਂ ਆਪਾਂ ਪੰਜਾਬੀ 'ਚ ਆਖਦੀਏ ਵੀ ਨੀਂਹ ਪੱਥਰ ਉਹ ਰੱਖਿਆ ਗਿਆ ਸਾਡੇ ਭਰਾ ਵੱਡਾ ਸਹਿਯੋਗ ਕਰ ਰਹੇ ਨੇ ਸਾਡੇ ਸਾਰੇ ਭਰਾ ਬਹੁਤ ਬਹੁਤ ਧੰਨਵਾਦ ਲੇਲ ਕਲਾਂ ਦੇ ਦਤਾਲ ਦਤਾਲ ਦੀ ਟੀਮ ਪੁੱਜ ਗਿਆ ਅਤੇ ਲੇਲਾ ਦੀ ਟੀਮ ਨੂੰ ਬੇਨਤੀ ਆ ਵੀ ਲੇਲਾ ਦੀ ਟੀਮ ਲਾਓ ਸਾਹਮਣੇ ਅੰਮ੍ਰਿਤਪਾਲ ਸਿੰਘ ਇਸਵੇਂ ਕੁਸਲੇ ਵਾਲਾ ਕੋਸ਼ਿਸ਼ ਕਰ ਰਿਹਾ ਇਸਵੇਂ ਡੱਕ ਲੈਣ ਦੀ ਇਹ ਲਾਜਬੰਦ ਅਤੇ ਪਾਤੜਾ ਸ਼ਲੇਡਾ ਵਾਲਾ ਸ਼ਲੇਡਾ ਪਾਤੜਾ ਵਾਲਾ ਕਬੱਡੀ ਪਾ ਰਿਹਾ ਅਤੇ ਸਾਹਮਣੇ ਅੰਮ੍ਰਿਤਪਾਲ ਨੇ ਤਕੜਾ ਜਫਾ ਲਾ ਕੇ ਆਪਣੀ ਟੀਮ ਦੇ ਲਈ ਨੰਬਰ ਜੋੜ ਦਿੱਤਾ ਹੈ ਲੇਲਾ ਦੀ ਟੀਮ ਨੂੰ ਬੇਨਤੀ ਹੈ ਲੇਲਾ ਦੀ ਟੀਮ ਨੂੰ ਕੋਈ ਨਹੀਂ ਫਿਰ ਤਾਂ ਟਾਈਮ ਵਧਾ ਦਾਂਗੇ ਅਗਲੇ ਰਾਊਂਡ 'ਚ ਲੇਲਾ ਦੀ ਟੀਮ ਨੂੰ ਬੇਨਤੀ ਹੈ ਵੀ ਲੇਲਾ ਦੀ ਟੀਮ ਜਲਦੀ ਤੋਂ ਪਹਿਲਾਂ ਆ ਜਾਏ ਲੇਲਾ ਦੀ ਟੀਮ ਮੇਲਾ ਕਹਿੰਦੇ ਸਫਲ ਹੈ ਅਤੇ ਸਾਹਮਣੇ ਭੇਜਾ ਮੂਨਕਾ ਵਾਲਾ ਇਸ ਵੇਲੇ ਕੋਸ਼ਿਸ਼ ਕਰ ਰਿਹਾ ਡੱਕ ਲੈਣ ਦੀ ਕਿ ਆਪਣੇ ਦੰਦ ਚੀਨ ਦੀ ਕੰਧ ਜਿਹੀ ਮਜ਼ਬੂਤੀ ਨਹੀਂ ਜਦੋਂ ਪੈ ਜੇ ਪੁੱਠੀ ਫਿਰ ਕੋਈ ਗੱਲ ਕਸੂਤੀ ਨਹੀਂ ਜਦੋਂ ਪੈ ਜੇ ਪੁੱਠੀ ਫਿਰ ਕੋਈ ਗੱਲ ਕਸੂਤੀ ਨਹੀਂ ਇਹ ਹੈ ਭੇਜਾ ਮੂਨਕਾ ਵਾਲਾ ਤਕੜਾ ਜਫਾ ਲਾਉਣ ਦੇ ਵਿੱਚ ਕਾਮਯਾਬ ਹੋ ਗਿਆ ਮੇਰੀ ਬੇਨਤੀ ਲੇਲ ਕਲਾਂ ਦੀ ਟੀਮ ਨੂੰ ਦਤਾਲ ਦੀ ਟੀਮ ਗਰਾਊਂਡ ਦੇ ਵਿੱਚ ਪੁੱਜ ਗਿਆ ਅਤੇ ਲੇਲਾ ਦੀ ਟੀਮ ਜਲਦੀ ਤੋਂ ਪਹਿਲਾਂ ਗਰਾਊਂਡ ਦੇ ਵਿੱਚ ਆ ਜਾਏ ਲੇਲਾ ਦੀ ਟੀਮ ਅਤੇ ਗੱਲ ਦੀਪ ਨਥੇਹੇ ਵਾਲਾ ਅਤੇ ਇਧਰਲੇ ਪਾਸੇ ਜੀਤਾ ਬਾਦਲਗੜੀਆ ਕਬੱਡੀ ਪਾ ਰਿਹਾ ਯਾ ਜੀਤਾ ਕਹਿੰਦੇ ਬਾਦਲਗੜੀਆ ਉਧਲੇ ਪਾਸੇ ਕਹਿੰਦੇ ਕੌਣ ਹੈ ਮਾਸਟਰ ਹੈ ਗਾਮੀਆਣੀਆਂ ਪਰ ਕਹਿੰਦੇ ਜੀਤਾ ਪਾਸੇ ਨੂੰ ਕਰਦਾ ਹੈ ਜੀਤਾ ਕਹਿੰਦੇ ਲਾ ਲਾ ਕੇ ਪਾਸੇ ਨੂੰ ਕਰਦਾ ਹੈ ਲਾ ਕੇ ਗੇਜੇ ਦੀ ਕਬੱਡੀ ਪੈਂਦੀ ਹੈ ਮਾਰੀ ਆ ਥਾਪੀ ਪਾਈ ਆ ਕਬੱਡੀ ਵੀ ਮਿੱਤਰਾਂ ਨੇ ਕੌਡੀ ਪਾਉਣੀ ਹੈ ਥਾਪੀ ਮਾਰ ਕੇ ਮਿੱਤਰਾਂ ਨੇ ਕੌਡੀ ਪਾਉਣੀ ਹੈ ਗੇਜੇ ਨੇ ਕਹਿੰਦੇ ਥਾਪੀ ਮਾਰੀ ਹੈ ਕਬੱਡੀ ਪਾ ਦਿੱਤੀ ਹੈ ਉਧਲੇ ਪਾਸੇ ਐਨ ਕਹਿੰਦੇ ਅੰਕ ਦੇਸੂ ਜੋਧੇ ਦੀ ਟੀਮ ਦੇ ਲਈ ਜੁੜਿਆ ਲੇਲਾ ਤੇ ਦਤਾਲ ਦੀਆਂ ਟੀਮਾਂ ਨੂੰ ਬੇਨਤੀ ਆ ਵੀ ਆਪੋ ਆਪਣੇ ਰੇਡਰ ਪਹਿਲੀ ਚੈੱਕ ਕਰ ਲਓ ਪਹਿਲੀ ਆਪੋ ਆਪਣੇ ਰੇਡਰ ਜਿਹੜੇ ਉਹ ਚੈੱਕ ਕਰ ਲਓ ਮਿੱਟੀ ਲਾਉਣੀ ਹੈ ਉਹ ਲਾ ਲਓ ਇਹ ਰੰਗ ਸਧੂਰੀ ਹੈ ਗੋਰੀ ਚਿੱਟੀ ਹੈ ਇਹਨੂੰ ਮੈਲੀ ਨਾ ਕਰਿਓ ਇਹ ਮੇਰੇ ਦੇਸ਼ ਦੀ ਮਿੱਟੀ ਹੈ ਇਹਨੂੰ ਮੈਲੀ ਨਾ ਕਰਿਓ ਇਹ ਮੇਰੇ ਦੇਸ਼ ਦੀ ਮਿੱਟੀ ਹੈ ਲਾਓ ਜੀਵਨ ਸਿੰਘ ਨਾਮ ਹੈ ਕਹਿੰਦੇ ਪਿਆਰ ਦੇ ਨਾਲ ਸ਼ਲੇਡਾ ਆਖਦੇ ਨੇ ਤੇ ਪਾਤੜਾ ਸ਼ਹਿਰ ਵਾਲਾ ਇਸਵੇਂ ਇਹ ਨੌਜਵਾਨ ਜਾਪ ਦੀਆਂ ਗਰਾਊਂਡਾਂ ਦੇ ਵਿੱਚ ਵੀ ਤਕੜਾ ਖੇਡਿਆ ਲਾਓ ਸਾਹਮਣੇ ਇਸਵੇਂ ਗੁਰਵਿੰਦਰ ਸਿੰਘ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਤੇ ਦੂਸਰੇ ਪਾਸੇ ਚਾਰ ਨੇ ਮੰਨੇ ਪ੍ਰਬੰਨੇ ਜਾਫੀ ਲਾਓ ਪਏ ਹੋਏ ਖਿਲਾਰੇ ਚਾਰੇ ਜਾਫੀਆਂ ਦੇ ਇੱਕ ਪਾਸੇ ਗੋਰਾ ਤੇ ਨਾਲ ਕਹਿੰਦੇ ਬਾਣੀਆਂ ਦਾ ਪੁੱਤਰ ਸ਼ੈਲੀ
ਹੈਲੀ ਸ਼ਾਦੀ ਹਰੀ ਵਾਲਾ ਲੱਗਾ ਹੋਇਆ ਮੇਰੇ ਵੀਰਿਓ ਲਓ ਚਾਰਾਂ ਦੇ ਵਿੱਚੋਂ ਕੌਣ ਸੱਜੇ ਖੱਬੇ ਹੁੰਦਾ ਹੋਇਆ ਗੁਰਵਿੰਦਰ ਸਿੰਘ ਪੁਆਇੰਟ ਜੋੜਨ ਦੇ ਵਿੱਚ ਕਾਮਯਾਬ ਹੁੰਦਾ ਹੋਇਆ ਲੇਲਾ ਤੇ ਦੁਤਾਲ ਦੀਆਂ ਟੀਮਾਂ ਆਪੋ ਆਪਣੇ ਰੇਡਰ ਚੈੱਕ ਕਰ ਲਓ ਲੈ ਵੀ ਘੋੜਿਆ ਮਿੱਟੀ ਮੁੱਟੀ ਲਾਉਣੀ ਹੈ ਤੇ ਲਾ ਲਓ ਟੱਕਰ ਜਿਹੜੀ ਸਿਰੇ ਦੀ ਹੋਣੀ ਹੈ ਕਿਉਂਕਿ ਦੋਨੋਂ ਟੀਮਾਂ ਦਾ ਪੰਜਾਬ ਦੇ ਵਿੱਚ ਕਹਿੰਦੇ ਨਾਮ ਚੱਲਦਾ ਚਾਹੇ ਗੱਲ ਹਰਿਆਣੇ ਦੀ ਹੈ ਮੇਰੇ ਵੀਰਿਓ ਲਓ ਸਾਹਮਣੇ ਜੀਤਾ ਬਾਦਲਗੜੀਆ ਲਾ ਲਾ ਕੇ ਸੁਰਦਾ ਹੋਇਆ ਇੱਕ ਹੋਰ ਅੰਕ ਦਾ ਵਾਅਦਾ ਕਰਨ ਦੇ ਵਿੱਚ ਕਾਮਯਾਬ ਉਧਰ ਕਹਿੰਦੇ ਗੁਰਦਿੱਤ ਕਿਸ਼ਨਗੜੀਏ ਦੇ ਨਾਲ ਦਰਸ਼ਕ ਕਹਿੰਦੇ ਸੈਲਫੀਆਂ ਲੈ ਰਹੇ ਨੇ ਕਿਉਂਕਿ ਇਸ ਇਲਾਕੇ ਦੇ ਵਿੱਚ ਖੇਡ ਕਬੱਡੀ ਦਾ ਵੱਡਾ ਸਟਾਰ ਅੱਜ ਪਹਿਲੀ ਵਾਰ ਇਸ ਇਲਾਕੇ ਦੇ ਵਿੱਚ ਪੁੱਜਾ ਮੇਰੇ ਵੀਰਿਓ ਲਓ ਸਾਹਮਣੇ ਗੇਜੇ ਦੀ ਰੇਡ ਤੇ ਗੱਲ ਯਾਰ ਦੀਪ ਨਥੇਹੇ ਵਾਲਾ ਆ ਗੇਜੇ ਦੀ ਕਬੱਡੀ ਪੈਂਦੀ ਹੈ ਉਧਰ ਹੈਲੀ ਵੀ ਖੜਾ ਮੁੰਡਾ ਕਹਿੰਦੇ ਸਾਦੀ ਹਰੀ ਵਾਲਾ ਹੈ ਪਾਦਲੇ ਪਾਸੇ ਐਨ ਧਰੀਆ ਧੌਲ ਉਖੜਿਆ ਪੈਰ ਕਿ ਧੌਲ ਮਾਰ ਕੇ ਬਗਾਨੇ ਪੱਤਣੇ ਧੌਣ ਥੱਲੇ ਕੱਢਤੀ ਬਈ ਗੱਭਰੂ ਕਬੱਡੀ ਖੇਡਦੇ ਪੱਟਾਂ ਤੇ ਥਾਪੀ ਵੱਜਦੀ ਪੱਟਾਂ ਤੇ ਥਾਪੀ ਵੱਜਦੀ ਗੱਭਰੂ ਕਬੱਡੀ ਖੇਡਦੇ ਪੱਟਾਂ ਤੇ ਥਾਪੀ ਵੱਜਦੀ ਪੱਟਾਂ ਤੇ ਥਾਪੀ ਵੱਜਦੀ ਲਓ ਜੀਵਨ ਸਿੰਘ ਸਲੇਡਾ ਜੀਵਨ ਉਰਫ ਸਲੇਡਾ ਪਾਤੜਾ ਵਾਲਾ ਕਬੱਡੀ ਪਾ ਰਿਹਾ ਤੇ ਦੂਸਰੇ ਪਾਸੇ ਚਾਰ ਜਾਫੀ ਨੇ ਇਸਵੇਂ ਕੌਣ ਕੌਣ ਲਾਊ ਜਫਾ ਤੇ ਮਾਸਟਰ ਗਾਮੀ ਵਾਲੇ ਵਾਲਾ ਇਹ ਆ ਸੇਵਕ ਸਿੰਘ ਮਾਸਟਰ ਕੋਸ਼ ਕਰ ਰਿਹਾ ਟੀਮ ਜਿੱਤ ਗਈ ਹੈ ਪਾਤੜਾਂ ਦੀ ਟੀਮ ਬਾਈ ਜਿਹੜੀ ਮੰਡੀ ਵਾਲੇ ਪਾਸੇ ਟੀਮ ਖੇਡਦੀ ਸੀ ਨਾ ਇਹ ਜਿੱਤੀ ਹੈ ਪਾਤੜਾਂ ਦੀ ਇੱਧਰ ਖੇਡਦੀ ਟੀਮ ਜਿੱਤੀ ਹੈ ਪਰ ਹੁਣ ਜਿਹੜਾ ਪਾਤੜਾਂ ਦੇ ਨੇ ਜਿਹੜਾ ਹੁਣ ਮੈਚ ਹੋਣਾ ਨਾ ਇਹ ਮੈਚ ਕਹਿੰਦੇ ਤਗੜਾ ਹੋਣਾ ਭਾਰਤ ਕਹਿੰਦੇ